ਕਿਵੇਂ ਦੀ ਲੱਗੀ ਹੈ? ਬਹੁਤ ਜਦੀਆ ਮੂਵੀ ਹੈ, ਫੈਮਿਲੀ ਮੂਵੀ ਹੈ। ਤੁਸੀਂ 3rd February ਦੇਖਣ ਆਓ ਕੱਲ, ਤੁਸੀਂ ਦੇਖੋਗੇ ਤੁਹਾਡੇ ਪੈਸੇ ਵਸੂਲ ਹੋਗੇ ਇੱਕਦਮ। ਕਿੰਨੀ ਰੇਟਿੰਗ ਦੋਗੇ ਫਿਰ? 5 to 5। ਵੈਰੀ ਨਾਈਸ, 100 to 100। ਇਹ ਕਨਸੈਪਟ ਕਿਵੇਂ ਦਾ ਲੱਗੇ ਜਿਹੜਾ ਰਾਈਜ਼ ਕੀਤਾ ਗਿਆ? ਬਹੁਤ ਵੈਰੀ ਨਾਈਸ, ਬਹੁਤ ਜ਼ਿਆਦਾ। 10 out of 10। ਕਿਵੇਂ ਦਾ ਰਿਹਾ ਮੂਵੀ ਦਾ ਐਕਸਪੀਰੀਅੰਸ ਤੇ ਹੁਣ ਵੇਖ ਕੇ ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਤੇ ਸੱਚੀ ਨੀਰੂ ਮੈਮ ਤੇ ਸਰਤਾਜ ਸਰ ਦੇ ਮੂਵੀਜ਼ ਤਾਂ ਬ੍ਰਿਲੀਅੰਟ ਹੀ ਹੁੰਦੀਆਂ ਨੇ ਹਮੇਸ਼ਾ। ਬਾਕੀ ਸਾਰੇ ਜਿੰਨੇ ਵੀ ਸਾਡੇ ਆਰਟਿਸਟ ਸੀਗੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਐਂਡ ਆਈ ਐਮ ਵੈਰੀ ਹੈਪੀ ਟੂਡੇ। ਕਿਵੇਂ ਦੀ ਰਹੀ ਮੈਮ ਮੂਵੀ? ਬਹੁਤ ਔਸਮ ਔਰ ਮਸਟਲੀ ਸਭ ਨੂੰ ਦੇਖਣੀ ਚਾਹੀਦੀ ਆ, ਕੁੜੀਆਂ ਦੇ ਕਨਸੈਪਟ ਦੇ ਆ ਔਰ ਤੁਸੀਂ ਵੀ ਜ਼ਰੂਰ ਦੇਖਿਓ। ਕਲੀ ਜੋਟਾ ਵੇਖ ਕੇ ਆ ਰਹੇ ਹੋ, ਕਿਵੇਂ ਦੀ ਲੱਗੀ ਤੁਹਾਨੂੰ? ਬਹੁਤ ਹੀ ਸੋਹਣੀ ਫਿਲਮ ਹੈ ਜੀ, ਬਹੁਤ ਜ਼ਿਆਦਾ। ਕਿਹਦੀ ਐਕਟਿੰਗ ਸਭ ਤੋਂ ਵਧੀਆ ਲੱਗੀ ਤੁਹਾਨੂੰ? ਦੋਨਾਂ ਦੀ ਸੋਹਣੀ ਹੈ, ਸਰਤਾਜ ਦੀ ਨੀਰੂ ਦੀ। ਬਹੁਤ, ਮੈਂ ਕੁਝ ਵੀ ਨਹੀਂ ਕਹਿ ਸਕਦੀ, ਮੈਂ ਬਹੁਤ ਹੀ ਜ਼ਿਆਦਾ ਜ਼ਬਰਦਸਤ ਸੋਹਣੀ ਸੀ, ਦਿਲ ਨੂੰ ਬਹੁਤ ਜ਼ਿਆਦਾ ਪਸੰਦ। ਹਾਊ ਇਜ਼ ਦ ਮੂਵੀ ਮੈਮ? बहुत बहुत ज्यादा अच्छी लगी, फुल ऑफ इमोशंस, सुपर हिट पिक्चर, बहुत अच्छा। नीरू बाजवा ने कमाल कर दिया, फुल ऑफ इमोशंस से भरी हुई थी। इट वाज वेरी गुड, मतलब काफी हार्ट टचिंग सी थी। इट वाज इमोशनल बट अ मिक्स ऑफ कॉमेडी एंड वेरी वेल मूवी। कुडोज टू द डायरेक्टर।